ਸਤਿ ਸ਼੍ਰੀ ਅਕਾਲ। ਦਾ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜੱਜ ਸਿੰਘ ਚਾਹਲ ਸਵਾਗਤ ਕਰਦਾ। ਪੰਜਾਬ ਵਿੱਚ ਆਮ ਆਦਮੀ ਪਾਰਟੀ ਵਿੱਚ ਪਏ ਫਾੜ ਤੋਂ ਬਾਅਦ ਇਹ ਪਾੜਾ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ ਅਤੇ ਭਗਵੰਤ ਮਾਨ ਨੂੰ ਹੁਣ ਪੰਜਾਬ ਦੇ ਲੋਕਾਂ ਨੇ, ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਘੇਰਨਾ ਸ਼ੁਰੂ ਕਰ ਦਿੱਤਾ ਹੈ। ਸੰਗਰੂਰ ਹਲਕਾ ਜੋ ਕਿ ਭਗਵੰਤ ਮਾਨ ਦਾ ਆਪਣਾ ਹਲਕਾ ਹੈ, ਉਸ ਦੇ ਇੱਕ ਪਿੰਡ ਦੇ ਵਿੱਚ ਆਪ ਵਰਕਰਾਂ ਦੇ ਵੱਲੋਂ ਭਗਵੰਤ ਮਾਨ ਦੀ ਗੱਡੀ ਘੇਰ ਲਈ ਗਈ, ਜਿਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਵਿੱਚ ਭੂਚਾਲ ਮੱਚ ਗਿਆ। ਪਰ ਬਾਅਦ ਵਿੱਚ ਪਤਾ ਲੱਗਾ ਕਿ ਉਹ ਆਪ ਦੇ ਹੀ ਵਰਕਰ ਸਨ ਜਿਨ੍ਹਾਂ ਨੇ ਕਿ ਕੁਝ ਸਵਾਲ ਭਗਵੰਤ ਮਾਨ ਨੂੰ ਉੱਥੇ ਪੁੱਛੇ ਸਨ। ਜਦੋਂ ਉਹਨਾਂ ਵਰਕਰਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਭਗਵੰਤ ਮਾਨ ਦੀ ਗੱਡੀ ਕਿਉਂ ਘੇਰੀ ਹੈ, ਤਾਂ ਉਹਨਾਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਨੇ ਬਠਿੰਡਾ ਕਨਵੈਨਸ਼ਨ ਵਿੱਚ ਜਾਣ ਵਾਲਿਆਂ ਨੂੰ RSS ਦੇ ਵਰਕਰ, RSS ਦੇ ਬੰਦੇ ਦੱਸਿਆ ਸੀ। ਪਰ ਬਠਿੰਡਾ ਕਨਵੈਨਸ਼ਨ ਦੇ ਵਿੱਚ ਅਸੀਂ ਵੀ ਗਏ ਸੀ ਅਤੇ ਅਸੀਂ ਭਗਵੰਤ ਮਾਨ ਦੇ ਵੀ ਸਪੋਰਟਰ ਸੀ, ਫਿਰ ਕੀ ਅਸੀਂ RSS ਦੇ ਵਰਕਰ ਹਾਂ? ਇਹੀ ਸਵਾਲ ਉਹਨਾਂ ਨੇ ਭਗਵੰਤ ਮਾਨ ਤੋਂ ਪੁੱਛਿਆ ਸੀ, ਜਿਸ ਤੋਂ ਬਾਅਦ ਭਗਵੰਤ ਮਾਨ ਗੱਡੀ ਵਿੱਚੋਂ ਨਹੀਂ ਉਤਰੇ ਅਤੇ ਨਾ ਹੀ ਉਹਨਾਂ ਦੀ ਕਿਸੇ ਗੱਲ ਦਾ ਜਵਾਬ ਦਿੱਤਾ ਅਤੇ ਉਹਨਾਂ ਦੇ ਬੋਡੀਗਾਰਡਾਂ ਨੇ ਭਗਵੰਤ ਮਾਨ ਨੂੰ ਬਚਾ ਕੇ ਉੱਥੋਂ ਕੱਢਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਇਹਨਾਂ ਵਰਕਰਾਂ ਦੇ ਵੱਲੋਂ ਨਾਅਰੇਬਾਜ਼ੀ ਵੀ ਉੱਥੇ ਜੰਮ ਕੇ ਕੀਤੀ ਗਈ ਹੈ। ਇਸ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਆਮ ਆਦਮੀ ਪਾਰਟੀ ਵਿਚਕਾਰਲਾ ਮਾਹੌਲ ਹੋਰ ਵੀ ਗਰਮ ਹੁੰਦਾ ਦਿਖਾਈ ਦੇ ਰਿਹਾ, ਕਿਉਂਕਿ ਇਹਨਾਂ ਲੋਕਾਂ ਨੂੰ ਸੁਖਪਾਲ ਸਿੰਘ ਖਹਿਰਾ ਦੇ ਧੜੇ ਦਾ ਦੱਸਿਆ ਜਾ ਰਿਹਾ। ਪਰ ਹੁਣ ਵੱਡੀ ਖਬਰ ਇਹ ਆ ਰਹੀ ਹੈ ਕਿ ਇਹਨਾਂ ਵਰਕਰਾਂ ਨੇ, ਜਿਨ੍ਹਾਂ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਦੀ ਗੱਡੀ ਘੇਰੀ ਸੀ, ਇਹਨਾਂ 'ਤੇ ਭਗਵੰਤ ਮਾਨ ਦੇ ਗਾਰਡ ਵੱਲੋਂ ਪਰਚਾ ਦਰਜ ਕਰਵਾ ਦਿੱਤਾ ਗਿਆ ਹੈ ਅਤੇ ਉਹਨਾਂ ਵਿੱਚੋਂ ਕੁਝ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈ। ਜਿਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਭਗਵੰਤ ਮਾਨ ਨੂੰ ਇਹ ਪਰਚਾ ਵਾਪਸ ਲੈਣ ਦੀ ਅਪੀਲ ਕਰ ਦਿੱਤੀ ਹੈ। ਲੋਕਾਂ ਦੇ ਜਜ਼ਬਾਤ ਸਮਝਣ ਦੀ ਕੋਸ਼ਿਸ਼ ਕਰੋ, ਉਹਨਾਂ ਦੇ ਅੰਦਰ ਇਸ ਵਕਤ ਰੋਸ ਅਤੇ ਗੁੱਸਾ ਭਰਿਆ ਨਜ਼ਰ ਆਉਂਦਾ। ਔਰ ਦੂਸਰਾ, ਤੁਹਾਨੂੰ ਕੇਸ ਨਹੀਂ ਸੀ ਰਜਿਸਟਰ ਕਰਾਉਣਾ ਚਾਹੀਦਾ ਉਹਨਾਂ ਦੇ ਖਿਲਾਫ਼। FIR ਰਜਿਸਟਰ ਕਰਾਤੀ ਆਪਣੇ ਗਨਮੈਨ ਕੋ ਕੰਪਲੇਂਟ ਲੈ ਕੇ, ਔਰ ਦੋ ਆਦਮੀ ਫੜੇ ਗਏ ਨੇ ਉੱਥੇ। ਔਰ ਇਹ ਮੈਂ ਸਮਝਦਾ ਕਿ ਗਨਮੈਨਾਂ ਤੋਂ ਪਰਚਾ ਦਰਜ ਕਰਾਉਣਾ ਕੁਛ ਸ਼ੋਭਦਾ ਨਹੀਂ। ਦਰਅਸਲ ਭਗਵੰਤ ਮਾਨ, ਕੁਲਵੰਤ ਸਿੰਘ ਪੰਡੋਰੀ ਜੋ ਕਿ ਆਮ ਆਦਮੀ ਪਾਰਟੀ ਦੇ ਮਹਿਲ ਕਲਾਂ ਤੋਂ ਵਿਧਾਇਕ ਨੇ, ਉਹਨਾਂ ਦੇ ਪਿਤਾ ਦਾ ਦੇਹਾਂਤ ਹੋ ਚੁੱਕਾ ਸੀ ਅਤੇ ਉਸਦੇ ਸੰਸਕਾਰ ਦੀ ਰਸਮ ਲਈ ਭਗਵੰਤ ਮਾਨ ਉੱਥੇ ਪਹੁੰਚੇ ਸਨ। ਪਰ ਜਦੋਂ ਪੰਡੋਰੀ ਪਿੰਡ ਦੇ ਵਿੱਚ ਪਹੁੰਚੇ ਤਾਂ ਕੁਝ ਵਰਕਰਾਂ ਨੇ ਭਗਵੰਤ ਮਾਨ ਦੀ ਗੱਡੀ ਘੇਰ ਕੇ ਸਵਾਲ ਜਵਾਬ ਕਰਨੇ ਸ਼ੁਰੂ ਕਰ ਦਿੱਤੇ, ਜਿਸ ਤੋਂ ਬਾਅਦ ਭਗਵੰਤ ਮਾਨ ਨੇ ਉਹਨਾਂ ਦਾ ਜਵਾਬ ਨਾ ਦਿੱਤਾ। ਉਸ ਤੋਂ ਬਾਅਦ ਉਹਨਾਂ ਦੇ ਗਾਰਡਾਂ ਨਾਲ ਵਰਕਰਾਂ ਦੀ ਧੱਕਾਮੁੱਕੀ ਹੋ ਗਈ, ਜਿਸ ਤੋਂ ਬਾਅਦ ਮਾਹੌਲ ਕਾਫੀ ਟੈਂਸਡ ਹੋ ਗਿਆ ਸੀ। ਇਸ ਤੋਂ ਬਾਅਦ ਵੀ ਭਗਵੰਤ ਮਾਨ ਨੂੰ ਇਹਨਾਂ ਵਰਕਰਾਂ ਦੇ ਵੱਲੋਂ ਬੁਰਾ ਲੀਡਰ, ਪਿਓਰ ਲੀਡਰ ਦੱਸਿਆ ਜਾਣ ਲੱਗਾ, ਕਿਉਂਕਿ ਉਹਨਾਂ ਦੇ ਨਾਲ ਵੀ ਸਿਕਿਉਰਿਟੀ ਗਾਰਡ ਸਨ ਅਤੇ ਵਰਕਰਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਭਗਵੰਤ ਮਾਨ ਨੇ ਹੁਣ ਪੰਜਾਬ ਦੇ ਲੋਕਾਂ ਤੋਂ ਬਚਣ ਦੇ ਲਈ ਬਾਊਂਸਰ ਵੀ ਰੱਖ ਲੈਣੇ। ਇਸ ਤੋਂ ਬਾਅਦ ਇਹਨਾਂ ਵਰਕਰਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਭਗਵੰਤ ਮਾਨ ਦਾ ਹੁਣ ਪਿੰਡਾਂ ਦੇ ਵਿੱਚ ਵੜਨਾ ਔਖਾ ਹੋ ਚੁੱਕਿਆ, ਇਸੇ ਕਰਕੇ ਭਗਵੰਤ ਮਾਨ ਨੂੰ ਬੋਡੀਗਾਰਡ ਅਤੇ ਬਾਊਂਸਰ ਤੱਕ ਰੱਖਣੇ ਪੈ ਗਏ ਨੇ। ਦੇਖਣ ਵਾਲੀ ਗੱਲ ਇਹ ਵੀ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ 2017 ਤੋਂ ਪਹਿਲਾਂ ਭਗਵੰਤ ਮਾਨ ਕਹਿੰਦੇ ਸਨ ਕਿ ਕਾਂਗਰਸੀ ਅਤੇ ਅਕਾਲੀਆਂ ਨੂੰ ਲੋਕ ਪਿੰਡਾਂ ਵਿੱਚ ਨਹੀਂ ਵੜਨ ਦੇਣਗੇ। ਉਹਨਾਂ ਦੀ ਇੱਕ ਬਹੁਤ ਮਸ਼ਹੂਰ ਗੱਲ ਹੈ, ਡਲਾ ਤੋਂ ਡਲਾ ਹੋਤਾ ਹੈ, ਪਤਾ ਨਹੀਂ ਕਿੱਧਰ ਸੇ ਚਲਾ ਹੋਤਾ ਹੈ। ਪਰ ਹੁਣ ਆਪ ਦੇ ਵਰਕਰ ਹੀ ਭਗਵੰਤ ਮਾਨ ਦੇ ਖਿਲਾਫ਼ ਖੜੇ ਹੋ ਗਏ ਨੇ ਅਤੇ ਉਹਨਾਂ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਬਾਅਦ ਭਗਵੰਤ ਮਾਨ ਨੇ ਇਸ ਦਾ ਕੋਈ ਵੀ ਜਵਾਬ ਨਹੀਂ ਦਿੱਤਾ। ਇਸ ਤੋਂ ਬਾਅਦ ਉਹਨਾਂ ਵਰਕਰਾਂ 'ਤੇ ਪਰਚੇ ਦਰਜ ਹੋਣ ਤੋਂ ਬਾਅਦ ਵੀ ਪੰਜਾਬ ਦੀ ਸਿਆਸਤ ਇੱਕ ਵਾਰ ਫਿਰ ਤੋਂ ਪੱਖ ਚੁੱਕੀ ਹੈ। ਸੁਖਪਾਲ ਸਿੰਘ ਖਹਿਰਾ ਨੇ ਇਸ ਪਰਚੇ ਦਾ ਵਿਰੋਧ ਕੀਤਾ ਹੈ ਅਤੇ ਭਗਵੰਤ ਮਾਨ ਤੋਂ ਇਹ ਪਰਚਾ ਵਾਪਸ ਲੈਣ ਦੀ ਅਪੀਲ ਵੀ ਕਰ ਦਿੱਤੀ ਹੈ। ਇਸ ਤੋਂ ਬਾਅਦ ਪਹਿਲਾਂ ਸੁਖਪਾਲ ਸਿੰਘ ਖਹਿਰਾ ਦੇ ਨੇੜਲੇ ਰਹੇ ਅਤੇ ਹੁਣ ਭਗਵੰਤ ਮਾਨ ਦੇ ਸਾਥੀ ਬਣੇ ਬਰਨਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮੀਤ ਹੇਰ ਦਾ ਕਹਿਣਾ ਹੈ ਕਿ ਇਹ ਸਭ ਸੁਖਪਾਲ ਸਿੰਘ ਖਹਿਰਾ ਨੇ ਕਰਵਾਇਆ, ਕਿਉਂਕਿ ਉਹ ਸਟੇਜਾਂ ਤੋਂ ਲੋਕਾਂ ਨੂੰ ਭੜਕਾਉਂਦੇ ਰਹਿੰਦੇ ਨੇ, ਭਰਾ ਮਾਰੂ ਜੰਗ ਦੇ ਲਈ ਭੜਕਾਉਂਦੇ ਨੇ। ਇਸ ਕਰਕੇ ਸੁਖਪਾਲ ਸਿੰਘ ਖਹਿਰਾ ਦੇ ਭੜਕਾਉਣ ਕਰਕੇ ਇਹਨਾਂ ਵਰਕਰਾਂ ਨੇ ਭਗਵੰਤ ਮਾਨ ਤੇ ਹਮਲਾ ਕੀਤਾ। ਮੀਤ ਹੇਰ ਨੇ ਇਸ ਨੂੰ ਇੱਕ ਹਮਲਾ ਹੀ ਦੱਸ ਦਿੱਤਾ ਹੈ। ਪਰ ਇਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਆਪਸੀ ਪਾੜਾ ਹੋਰ ਵੀ ਵਾਧਾ ਦਿਖਾਈ ਦੇ ਰਿਹਾ ਕਿ ਭਗਵੰਤ ਮਾਨ ਹੁਣ ਇਹਨਾਂ ਤੇ ਕੀਤੇ ਗਏ ਪਰਚੇ ਵਾਪਸ ਲੈਣਗੇ। ਇਸ ਤੇ ਸਭ ਦੀਆਂ ਨਿਗਾਹਾਂ ਬਣੀਆਂ ਰਹਿਣਗੀਆਂ। ਇਸ ਤੋਂ ਪਹਿਲਾਂ ਵੀ ਭਗਵੰਤ ਮਾਨ ਕਈ ਤਰ੍ਹਾਂ ਦੀਆਂ ਗੱਲਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਲਈ ਕਹਿ ਚੁੱਕੇ ਨੇ। ਉਹਨਾਂ ਦਾ ਕਹਿਣਾ ਹੈ ਕਿ ਜੋ ਵੀ ਮੇਰੇ ਪੇਜ 'ਤੇ ਨੈਗੇਟਿਵ ਕਮੈਂਟ ਕਰਦੇ ਨੇ ਉਹ ਸਭ ਫੇਕ IDs ਨੇ,
ਯਾਨੀ ਕਿ ਝੂਠੀਆਂ ਆਈਡੀਆਂ ਬਣਾ ਕੇ ਜਾਣ ਬੁੱਝ ਕੇ ਮੈਨੂੰ ਬਦਨਾਮ ਕਰਨ ਲਈ ਮੇਰੇ ਪੇਜ 'ਤੇ ਲੋਕ ਗਲਤ ਕਮੈਂਟ ਮੇਰੇ ਖਿਲਾਫ਼ ਕਮੈਂਟ ਕਰਦੇ ਨੇ। ਇਸ ਦਾ ਵੀ ਲੋਕਾਂ ਦੇ ਵਿੱਚ ਕਾਫ਼ੀ ਗੁੱਸਾ ਸੀ ਕਿਉਂਕਿ ਉਹ ਕਹਿੰਦੇ ਨੇ ਕਿ ਇਹਨਾਂ ਆਈਡੀਆ ਤੋਂ ਅਸੀਂ ਤੁਹਾਨੂੰ ਇੰਨੀ ਮਸ਼ਹੂਰ ਪਾਰਟੀ, ਇੰਨਾ ਮਸ਼ਹੂਰ ਲੀਡਰ ਬਣਾਇਆ ਅਤੇ ਹੁਣ ਜਦੋਂ ਅਸੀਂ ਤੁਹਾਡੇ ਖਿਲਾਫ਼ ਕਮੈਂਟ ਕਰਦੇ ਹਾਂ ਤਾਂ ਸਾਡੀਆਂ ਆਈਡੀਆ ਤੁਹਾਨੂੰ ਫੇਕ ਲੱਗਦੀਆਂ। ਇਸ ਤੋਂ ਬਾਅਦ ਭਗਵੰਤ ਮਾਨ ਪੰਜਾਬ ਦੀ ਸਿਆਸਤ ਦੇ ਵਿੱਚ ਬੈਕਫੁੱਟ 'ਤੇ ਦਿਖਾਈ ਦੇ ਰਹੇ ਨੇ। ਪਰ ਇੱਕ ਸਵਾਲ ਹੁਣ ਅਸੀਂ ਤੁਹਾਡੇ ਤੋਂ ਪੰਜਾਬ ਦੇ ਲੋਕਾਂ ਤੋਂ ਪੁੱਛ ਲੈਣਾ ਚਾਹੁੰਦੇ ਹਾਂ ਕਿ ਕੀ ਭਗਵੰਤ ਮਾਨ ਨੂੰ ਬਦਨਾਮ ਕਰਾਉਣ ਦੇ ਲਈ ਜਾਣ ਬੁੱਝ ਕੇ ਇਹ ਫੇਕ ਆਈਡੀਜ਼ ਬਣਾਈਆਂ ਗਈਆਂ ਨੇ, ਅਤੇ ਜੋ ਵੀ ਸੁਖਪਾਲ ਸਿੰਘ ਖਹਿਰਾ ਨੇ ਭੜਕਾ ਕੇ ਭਗਵੰਤ ਮਾਨ 'ਤੇ ਹਮਲਾ ਕਰਵਾਇਆ ਕਿ ਜਾਂ ਫਿਰ ਇਹ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਹੀ ਗੁੱਸਾ ਹੈ ਜੋ ਭਗਵੰਤ ਮਾਨ ਦੇ ਖਿਲਾਫ਼ ਨਿਕਲ ਰਿਹਾ। ਇਹਨਾਂ ਦੋਹਾਂ ਗੱਲਾਂ ਦੇ ਵਿੱਚੋਂ ਤੁਹਾਨੂੰ ਕਿਹੜੀ ਗੱਲ ਸੱਚੀ ਲੱਗਦੀ ਹੈ? ਇਸ ਵੀਡੀਓ 'ਤੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ। ਜੇਕਰ ਅਜੇ ਤੱਕ ਤੁਸੀਂ ਦ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਹੁਣੇ ਸਬਸਕ੍ਰਾਈਬ ਕਰ ਲਓ। ਮੈਂ ਜੱਜ ਸਿੰਘ ਚਾਲ ਅਗਲੀ ਵਾਰ ਫੇਰ ਹਾਜ਼ਰ ਹੋਵਾਂਗਾ। ਤੁਸੀਂ ਇਸੇ ਤਰ੍ਹਾਂ ਹੀ ਦੇਖਦੇ ਰਹੋ ਦ ਪੰਜਾਬ ਟੀਵੀ, ਹਰ ਖਬਰ ਦਾ ਸੱਚ। ਅੱਜ ਮੈਂ ਮੁੱਖ ਤੌਰ 'ਤੇ ਤੁਹਾਨੂੰ ਇਹ ਅਪੀਲ ਕਰਨ ਲਈ ਹੋਇਆ ਸੀ ਕਿਉਂਕਿ ਕੁਛ ਅਖਬਾਰਾਂ ਅਤੇ ਕੁਛ ਲੋਕ ਅਫਵਾਹ ਫੈਲਾ ਰਹੇ ਨੇ ਕਿ ਇਸਰੋ ਦਾ ਪ੍ਰੋਗਰਾਮ ਕੈਂਸਲ, ਇਸਰੋ ਦਾ ਪ੍ਰੋਗਰਾਮ ਕੈਂਸਲ, ਲੇਕਿਨ ਕੈਂਸਲ ਨਹੀਂ ਗਾ। ਕੱਲ 15 ਅਗਸਤ ਲਗਭਗ 12 ਵਜੇ ਦੁਪਹਿਰ ਨੂੰ ਅਸੀਂ ਸਾਰੇ ਕਰਨੈਲ ਸਿੰਘ ਜੀ ਇਸਰੋ ਔਰ ਸਰਦਾਰ ਭੁਪਿੰਦਰ ਸਿੰਘ ਜੀ ਕਿਸਾਨ ਆਗੂ ਨੂੰ ਸ਼ਰਧਾਂਜਲੀ ਦੇਣ ਲਈ, ਉਹਨਾਂ ਨੂੰ ਸਲਿਊਟ ਕਰਨ ਲਈ ਅਸੀਂ ਉੱਥੇ ਅਵਸ਼ ਪਹੁੰਚਾਂਗੇ। ਦੂਸਰਾ ਥੋੜ੍ਹਾ ਜਿਹਾ ਜੋ ਕੱਲ੍ਹ ਸਰਦਾਰ ਭਗਵੰਤ ਸਿੰਘ ਮਾਨ ਨੂੰ ਲੈ ਕੇ ਇੱਕ ਤਕਰਾਰ ਹੋਇਆ ਵਾ, ਉਸ ਨੂੰ ਕੋਈ ਵੀ ਰਾਈਟ ਥਿੰਕਿੰਗ ਆਦਮੀ, ਕੋਈ ਵੀ ਅੱਛੀ ਸੋਚ ਵਿਚਾਰਧਾਰਾ ਵਾਲਾ ਆਦਮੀ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਕੋਈ ਨਾ ਉਹਦੀ ਵਜ਼ਾਹਤ ਕਰੇਗਾ ਨਾ ਉਸ ਨੂੰ ਜਸਟੀਫਾਈ ਕਰੇਗਾ। ਮੈਂ ਉਸ ਇੰਸੀਡੈਂਟ ਦੀ ਨਿੰਦਾ ਕਰਦਾ ਵਾਂ, ਪਰੰਤੂ ਇੱਕ ਗੱਲ ਮੈਂ ਕਹਿਣਾ ਚਾਹੁੰਦਾ ਆਪਣੇ ਵੀਰਾਂ ਨੂੰ ਜਿਹੜੇ ਆਮ ਆਦਮੀ ਪਾਰਟੀ, ਠੀਕ ਹੈ ਇਸ ਵਕਤ ਥੋੜ੍ਹਾ ਜਿਹਾ ਡਿਵੀਜ਼ਨ ਆਫ ਥੋਟ ਹੋਇਆ, ਥੋੜ੍ਹੇ ਜਿਹੇ ਵਿਚਾਰਧਾਰਕ ਮਤਭੇਦ ਹੋਏ ਨੇ, ਕਿਉਂਕਿ ਮਾਨ ਸਾਹਿਬ ਹੁਣੀ ਦਿੱਲੀ ਵਾਲਿਆਂ ਦੀ ਜਿਹੜੀ ਲਾਈਨ ਹੈ ਉਸ ਨੂੰ ਬਹੁਤ ਅਗਾਂਹ ਹੋ ਕੇ ਜਸਟੀਫਾਈ ਕਰ ਰਹੇ ਨੇ। ਜਿਹੜੇ ਪੰਜਾਬ ਦੇ ਹਿਤੈਸ਼ੀ ਨੇ, ਅਸੀਂ ਕਹਿ ਰਹੇ ਹਾਂ ਕਿ ਸਾਨੂੰ ਅਧਿਕਾਰ ਜਿਹੜਾ ਵਾ ਬਠਿੰਡੇ ਦੀ ਕਨਵੈਨਸ਼ਨ ਅਨੁਸਾਰ ਆਪਣੀ ਪਾਰਟੀ ਦੇ ਫੈਸਲੇ ਲੈਣ ਦਾ ਇੱਥੇ ਹੋਣਾ ਚਾਹੀਦਾ। ਹੁੰਦਾ ਕੀ ਹੈ ਕਿ ਜਦੋਂ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੁੰਦੇ ਨੇ, ਜਿਹੜੇ ਸਾਡੇ ਸਤਿਕਾਰਯੋਗ ਵਾਲੰਟੀਅਰਸ ਹੁੰਦੇ ਨੇ ਜਜ਼ਬੇ ਵਾਲੇ, ਉਹਨਾਂ ਦੇ ਵਿੱਚ ਇੱਕ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ। ਜਿਹੜਾ ਪਿਛਲੇ ਦਿਨੀ ਕੁਛ MLAs ਦੇ ਖਿਲਾਫ਼ ਹੋਇਆ, ਕੁਛ ਪੋਸਟਾਂ ਪਈਆਂ, ਕੁਛ ਥੋੜ੍ਹੀ ਬਹੁਤੀ ਜ਼ੁਬਾਨ ਇਸ ਤਰ੍ਹਾਂ ਦੀ ਵਰਤੀ ਗਈ, ਅਸੀਂ ਕਿਸੇ ਨੂੰ ਕਹਿੰਦੇ ਨਹੀਂ ਗੇ, ਇਹ ਸਾਰਾ ਇੱਕ ਆਟੋਮੈਟਿਕਲੀ ਇੱਕ ਸਪੋਂਟੇਨੀਅਸ ਰਿਐਕਸ਼ਨ ਆ ਫਰੋਮ ਦ ਗਰਾਊਂਡ, ਲੋਕ ਗੁੱਸਾ ਕਰਦੇ ਨੇ। ਔਰ ਜਿਹੜਾ ਕੱਲ੍ਹ ਸਰਦਾਰ ਭਗਵੰਤ ਸਿੰਘ ਮਾਨ ਨੂੰ ਥੋੜ੍ਹਾ ਉਹਨਾਂ ਨੇ ਗੱਡੀ ਘੇਰਨ ਦੀ ਕੋਸ਼ਿਸ਼ ਕੀਤੀ, ਉਹ ਪੁੱਛ ਪਤਾ ਕੀ ਰਹੇ ਸੀਗੇ, ਉਹ ਕਹਿੰਦੇ ਸੀਗੇ ਕਿ ਤੁਸੀਂ ਸਾਨੂੰ RSS ਦੇ ਬੰਦੇ ਕਹਿੰਦੇ ਹੋ, ਕੀ ਤੁਹਾਨੂੰ ਅਸੀਂ RSS ਦੇ ਬੰਦੇ ਲੱਗਦੇ ਹਾਂ? ਉਹ ਕਹਿ ਰਹੇ ਸੀਗੇ ਕਿ ਅਸੀਂ ਮਾਨ ਸਾਹਿਬ ਤੁਹਾਨੂੰ ਵੋਟਾਂ ਪਾ ਕੇ ਮੈਂਬਰ ਪਾਰਲੀਮੈਂਟ ਬਣਾਇਆ, ਅਸੀਂ RSS ਦੇ ਬੰਦੇ ਨਹੀਂ ਗਏ, ਅਸੀਂ ਆਮ ਆਦਮੀ ਪਾਰਟੀ ਦੇ ਜੁਝਾਰੂ ਵਰਕਰ ਹਾਂ। ਕਿਉਂਕਿ ਚੰਦ ਦਿਨ ਪਹਿਲਾਂ ਮਾਨ ਸਾਹਿਬ ਨੇ ਵੀ ਅਤੇ ਕੁਛ ਇਸ ਤਰ੍ਹਾਂ ਦੇ ਆਗੂਆਂ ਨੇ ਹੋਰ ਕਹਿਤਾ ਸੀਗਾ ਕਿ ਉਹ ਜਿਹੜਾ ਬਠਿੰਡੇ ਇਕੱਠ ਹੋਇਆ ਸੀਗਾ ਉਹ RSS ਦੇ ਬੰਦਿਆਂ ਨੇ ਇਕੱਠ ਕੀਤਾ ਸੀਗਾ। ਸੁਭਾਵਕ ਹੈ ਕਿ ਜਦੋਂ ਜਿਹੜੇ ਲੋਕ ਆਮ ਆਦਮੀ ਪਾਰਟੀ ਲਈ ਆਪਣੀਆਂ ਘਰ ਬਾਰ ਛੱਡ ਕੇ, ਆਪਣੀਆਂ ਨੌਕਰੀਆਂ ਛੱਡ ਕੇ, ਆਪਣੇ ਸਾਰਾ ਕੁਛ ਛੱਡ ਕੇ ਜਿਹੜੇ ਆਮ ਆਦਮੀ ਪਾਰਟੀ ਲਈ ਭੱਜ ਦੌੜ ਕਰਦੇ ਸੀਗੇ, ਜੇ ਆਪਾਂ ਉਹਨਾਂ ਨੂੰ ਐਲੀਗੇਸ਼ਨ ਲਾਵਾਂਗੇ ਕਿ ਤੁਸੀਂ RSS ਦੇ ਬੰਦੇ ਹੋ ਤਾਂ ਫਿਰ ਬੁਰਾ ਹੀ ਮਨਾਉਣਗੇ ਨਾ, ਕੋਈ ਚੰਗਾ ਤਾਂ ਨਹੀਂ ਮਨਾਉਣਗੇ। ਇਸ ਲਈ ਤੁਹਾਨੂੰ ਮੇਰੀ ਬੇਨਤੀ ਹੈ ਮਾਨ ਸਾਹਿਬ ਨੂੰ ਵੀ ਕਿ ਥੋੜ੍ਹਾ ਜਿਹਾ ਆਪਾਂ ਆਪਣੀ ਜਿਹੜਾ ਜਿਹੜੇ ਜਿਹੜੇ ਤੋਮਤਾਂ ਅਤੇ ਜਿਹੜੇ ਐਲੀਗੇਸ਼ਨ ਉਹਦੇ 'ਤੇ ਥੋੜ੍ਹਾ ਜਿਹਾ ਕੰਟਰੋਲ ਰੱਖੀਏ, ਪੋਜ਼ਿਟਿਵ ਆਪਣੀ ਗੱਲ ਕਰੀ ਚਲੋ ਅਸੀਂ। ਔਰ ਫਿਰ ਮੇਰੀ ਤੁਹਾਨੂੰ ਅਪੀਲ ਆ ਕਿ ਦੇਖੋ ਲੋਕਾਂ ਦੇ ਜਜ਼ਬਾਤ ਸਮਝਣ ਦੀ ਕੋਸ਼ਿਸ਼ ਕਰੋ, ਉਹਨਾਂ ਦੇ ਅੰਦਰ ਇਸ ਵਕਤ ਰੋਸ ਅਤੇ ਗੁੱਸਾ ਭਰਿਆ ਨਜ਼ਰ ਆਉਂਦਾ। ਔਰ ਦੂਸਰਾ, ਤੁਹਾਨੂੰ ਕੇਸ ਨਹੀਂ ਸੀ ਰਜਿਸਟਰ ਕਰਾਉਣਾ ਚਾਹੀਦਾ ਉਹਨਾਂ ਦੇ ਖਿਲਾਫ਼, FIR ਰਜਿਸਟਰ ਕਰਾਤੀ ਆਪਣੇ ਗਨਮੈਨ ਕੋ ਕੰਪਲੇਂਟ ਲੈ ਕੇ, ਔਰ 2 ਆਦਮੀ ਫੜੇ ਗਏ ਨੇ ਉੱਥੇ। ਔਰ ਇਹ ਮੈਂ ਸਮਝਦਾ ਕਿ ਗਨਮੈਨਾਂ ਤੋਂ ਪਰਚਾ ਦਰਜ ਕਰਾਉਣਾ ਕੁਛ ਸ਼ੋਭਦਾ ਨਹੀਂ ਗਾ, ਆਪਾਂ
ਸਾਰੇ ਅਰਵਿੰਦ ਕੇਜਰੀਵਾਲ ਦਾ ਨਾਮ ਲੈਂਦੇ ਹਾਂ ਕਿ ਸਾਡੇ ਉਹ ਲੀਡਰ ਨੇ, ਉਹਨਾਂ ਨੂੰ ਤਾਂ ਦਿੱਲੀ ਦੇ ਵਿੱਚ ਕਿਸੇ ਵਿਅਕਤੀ ਨੇ ਥੱਪੜ ਮਾਰਿਆ ਸੀਗਾ ਤਾਂ ਉਹ ਥੱਪੜ ਮਾਰਨ ਵਾਲੇ ਦੇ ਘਰ ਚਲੇ ਗਏ ਔਰ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਮੇਰੇ ਨਾਲ ਨਾਰਾਜ਼ ਕਿਉਂ, ਜੇ ਤੁਸੀਂ ਉਹਨਾਂ ਦੇ ਪੈਰੋਕਾਰ ਹੋ ਤਾਂ ਫਿਰ ਆਪਾਂ ਨੂੰ ਐਫ ਆਈ ਆਰ ਨਹੀਂ ਸੀ ਦਰਜ ਕਰਾਉਣੀ ਚਾਹੀਦੀ ਉਹਨਾਂ ਬੰਦਿਆਂ ਨੂੰ। ਉਹਨਾਂ ਨੇ ਉਹਨਾਂ ਦੀ ਕੋਈ ਤੁਹਾਡੇ ਨਾਲ ਨਿੱਜੀ ਰੰਜਿਸ਼ ਤਾਂ ਹੈ ਹੀ ਨਹੀਂ, ਨਾ ਕੋਈ ਦੁਸ਼ਮਣੀ ਆ, ਨਾ ਕੋਈ ਬਦਲਾਖੋਰੀ ਦੀ ਰਾਜਨੀਤੀ। ਉਹਨਾਂ ਨੂੰ ਤਾਂ ਸਿਰਫ ਆਰ ਐਸ ਐਸ ਦਾ ਬੁਰਾ ਲੱਗਿਆ ਕਿ ਤੁਸੀਂ ਆਰ ਐਸ ਐਸ ਦੇ ਏਜੰਟ ਕਹਿਤਾ ਉਹਨਾਂ ਨੂੰ ਕਿ ਤੁਸੀਂ ਆਰ ਐਸ ਐਸ ਦੀ ਕਹਿਣ ਦੇ ਉੱਤੇ ਸੁਖਪਾਲ ਸਿੰਘ ਖਹਿਰਾ ਦੀ ਰੈਲੀਆਂ ਵਿੱਚ ਜਾਂਦੇ ਹੋ। ਬਸ ਇੰਨੀ ਗੱਲ ਹੀ ਮੈਂ ਕਹਿਣੀ ਸੀ। ਮੈਨੂੰ ਪੂਰਨ ਆਸ ਹੈ, ਕਈ ਵਾਰ ਜ਼ਿੰਦਗੀ ਵਿੱਚ ਕਈ ਵਾਰੀ ਗੁੱਸਾ ਆਣ ਕੇ ਤੈਸ਼ ਵਿੱਚ ਆਣ ਕੇ 100 ਬੰਦਾ ਗਲਤੀਆਂ ਕਰ ਲੈਂਦਾ, ਬਟ ਆਈ ਐਮ ਕੁਆਇਟ ਸ਼ੋਰ ਤੁਸੀਂ ਇੱਕ ਸੀਜ਼ਨਡ ਇੱਕ ਅੱਛੇ ਆਦਮੀ ਹੋ, ਤੁਸੀਂ ਐਫ ਆਈ ਆਰ ਵਿਦਡਰਾਅ ਕਰੋਗੇ। ਵੈਸੇ ਵੀ ਉਹਨਾਂ ਦੀ ਜ਼ਮਾਨਤਾਂ ਹੋ ਜਾਣਗੀਆਂ, ਕੱਲ੍ਹ ਨੂੰ ਪਰਸੋਂ ਨੂੰ ਹੋ ਜਾਣਗੀਆਂ, ਦੋ ਇੱਕ ਦਿਨ ਰੱਖ ਲਓ ਪੁਲਿਸ, ਦੋ ਦਿਨ ਰੱਖ ਲਓ, ਉਹਦੇ ਨਾਲ ਕੀ ਪਰਪਸ ਸੋਲਵ ਹੁੰਦਾ। ਔਰ ਤੁਹਾਡੇ ਵੀ ਜਿਹੜੇ ਇਹ ਸਿਕਿਉਰਿਟੀ ਵਾਲੇ, ਸ਼ਾਇਦ ਮੈਨੂੰ ਪਤਾ ਨਹੀਂ ਬਾਊਂਸਰ ਸੀਗੇ ਜਾਂ ਪੇਡ ਸਿਕਿਉਰਿਟੀ ਆ ਜਾਂ ਗਨਮੈਨ ਸੀ, ਮੈਨੂੰ ਨਹੀਂ ਪਤਾ ਕੌਣ, ਕਿਉਂਕਿ ਪ੍ਰਾਈਵੇਟ ਕੱਪੜਿਆਂ ਸੀਗੇ। ਉਹ ਜਾਂਦੇ ਜਾਂਦੇ ਸਾਡੇ ਇੱਕ ਹੈਂਡੀਕੈਪ ਮੁੰਡਾ, ਮੈਨੂੰ ਰਿਪੋਰਟ ਮਿਲੀ ਮੈਲ ਕਲਾ ਤੋਂ, ਉਹਦੇ ਵਿੱਚ ਵਿੜਾ ਮਾਰ ਕੇ ਗਿਆ, ਥੱਪੜ ਮਾਰ ਕੇ ਗਏ ਨੇ, ਇਹ ਵੀ ਸ਼ੁਭਦਾ ਨਹੀਂ ਗਾ। ਔਰ ਜੇ ਤੁਸੀਂ ਸਿਕਿਉਰਿਟੀ ਹੈ ਵੀ ਤਾਂ ਲੋਕਾਂ ਨੂੰ ਕਿੱਦਾਂ ਪਤਾ ਲੱਗੂਗਾ ਕਿ ਕਿਹੜਾ ਸਿਕਿਉਰਿਟੀ ਕਿਹਦੀ ਆ, ਅਨਲੈਸ ਉਹਨੇ ਯੂਨੀਫਾਰਮ ਪਾਈ ਹੋਵੇ। ਸੋ ਹੈਵਿੰਗ ਸੈਡ ਆਲ ਦੈਟ, ਆਪਾਂ ਇਸ ਗੱਲ ਨੂੰ ਨਹੀਂ ਅੱਗੇ ਵਧਾਉਣਾ ਚਾਹੁੰਦੇ, ਔਰ ਮੈਂ ਸਭ ਨੂੰ ਅਪੀਲ ਕਰੂੰਗਾ ਕਿ ਬਿਲਕੁਲ ਵਾਇਲੈਂਟ ਨਹੀਂ ਹੋਣਾ, ਦਲੀਲ ਨਾਲ ਗੱਲ ਕਰੋ ਆਪਣੀ, ਜੋ ਵੀ ਗੱਲ ਕਰਨੀ ਹੈ ਬਾ ਦਲੀਲ ਤਰੀਕੇ ਦੇ ਨਾਲ, ਕਿਉਂਕਿ ਦਲੀਲ ਨਾਲੋਂ ਬਿਹਤਰ ਹੋਰ ਕੋਈ ਆਰਗੂਮੈਂਟ ਨਹੀਂ ਹੋ ਸਕਦੀ। ਜੇ ਆਪਾਂ ਜਾ ਕੇ ਕਿਸੇ ਦੀ ਤੋਹੀਨ ਕਰਦੇ ਹਾਂ ਜਾਂ ਕੋਈ ਗੱਲ, ਇਟ ਓਨਲੀ ਗਿਵਸ ਦੀ ਅਦਰ ਪਾਰਟੀ ਓਪਰਚੁਨਿਟੀ ਟੂ ਸਪੀਕ ਅਗੇਂਸਟ। ਆਈ ਐਮ ਕੁਆਇਟ ਸ਼ੋਰ ਕਿ ਤੁਸੀਂ ਸਾਰੇ ਬਹੁਤ ਸੁਲਝੇ ਹੋਏ ਸਿਆਣੇ ਹੋ, ਔਰ ਮੇਰੀ ਫਿਰ ਮਾਨ ਸਾਹਿਬ ਨੂੰ ਅਪੀਲ ਹੈ ਕਿ ਇਹ ਜਿਹੜੀ ਐਫ ਆਈ ਆਰ ਦਰਜ ਕਰਾਈ, ਅਗਰ ਹੋ ਸਕੇ ਤਾਂ ਇਸ ਨੂੰ ਵਿਦਡਰਾਅ ਕਰ ਲੈਣਾ, ਆਈ ਵਿਲ ਬੀ ਗ੍ਰੇਟਫੁਲ। ਅਤੇ ਤੁਹਾਡਾ ਸਾਰੇ ਪੰਜਾਬੀਆਂ ਦਾ ਮੈਂ ਬਹੁਤ ਧੰਨਵਾਦ ਕਰਦਾ। ਅੱਜ ਅਸੀਂ ਪਟਿਆਲੇ ਜਾ ਰਹੇ ਹਾਂ ਤਰਕਸ਼ੀਲ ਹਾਲ ਦੇ ਵਿੱਚ, ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਪਟਿਆਲੇ, ਜਿਹੜਾ ਬਹੁਤ ਇਤਿਹਾਸਿਕ ਗੁਰਦੁਆਰਾ ਹੈ, ਉਹਦੇ ਨਾਲ ਹੀ ਇਹ ਹਾਲ ਹੈ। ਉੱਥੇ ਸਾਡੀ ਇੱਕ ਸਿਰਫ ਪਟਿਆਲਾ ਜ਼ਿਲ੍ਹੇ ਦੀ ਜਿਹੜੀ ਕਨਵੈਨਸ਼ਨ ਹੋਣੀ, ਉਹਦੀ ਤਿਆਰੀ ਦੀ ਮੀਟਿੰਗ ਹੈ, ਛੋਟੀ ਜਿਹੀ ਮੀਟਿੰਗ ਹੈ ਵਰਕਰਸ ਦੀ। ਮੈਂ ਉੱਥੇ ਪਹੁੰਚ ਰਿਹਾ ਤਕਰੀਬਨ 11:30 ਉਸ ਮੈਂ ਹਾਲ ਦੇ ਵਿੱਚ ਅਵਸ਼ ਪਹੁੰਚੂਗਾ। ਮੈਂ ਰਾਹ ਦੇ ਵਿੱਚ ਹੀ ਹਾਂ ਪਟਿਆਲੇ ਜਾ ਰਿਹਾ। ਔਰ ਸਾਰਿਆਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ, ਔਰ ਫਿਰ ਤੁਹਾਨੂੰ ਸੁਨੇਹਾ ਦਿੰਦਾ ਕਿ ਕੱਲ੍ਹ 15 ਅਗਸਤ ਲਗਭਗ 12 ਵਜੇ ਦੁਪਹਿਰ ਆਪਾਂ ਇਸਰੋ ਸਾਲੇ ਮਿਲਾਂਗੇ। ਬਹੁਤ ਸ਼ੁਕਰੀਆ, ਧੰਨਵਾਦ, ਥੈਂਕ ਯੂ।